ਹਾਂਜੀ, ਕਿਵੇਂ ਹੋ ਜੀ? ਸਵਾਗਤ ਹੈ ਜੀ ਮੇਰੇ ਚੈਨਲ ਤੇ ਤੁਹਾਡੇ ਸਾਰਿਆਂ ਦਾ। ਵੀਰੇ, ਜਿਵੇਂ ਕਿ ਤੁਹਾਨੂੰ ਪਤਾ ਵਾ ਕਿ ਰੀਵੈਲਿਊਸ਼ਨ ਦਾ ਰਿਜ਼ਲਟ ਆ ਗਿਆ ਵਾ, ਤੇ ਬਹੁਤ ਵੀਰਾਂ ਦੇ ਮੈਸੇਜ ਆ ਰਹੇ ਸੀਗੇ ਕਿ ਵੀਰੇ ਸਾਡਾ ਰਿਜ਼ਲਟ ਤਾਂ ਆ ਗਿਆ, ਪਰ ਕਈ ਵੀਰ ਮਤਲਬ ਕਹਿ ਰਹੇ ਸੀਗੇ ਕਿ ਰਿਜ਼ਲਟ ਨਾਟ ਫਾਊਂਡ ਲਿਖਿਆ ਰਿਹਾ ਵਾ ਤੇ ਅੰਡਰ ਪ੍ਰੋਸੈਸ ਆ ਰਿਹਾ ਵਾ ਲਿਖਿਆ। ਇਹਦਾ ਕੀ ਚੱਕਰ ਆ? ਸਾਨੂੰ ਵੀਰੇ ਦੱਸੋ ਕੀ ਹੋਊਗਾ। ਤੇ ਇਸੇ ਸੰਬੰਧੀ ਮੈਂ ਬੋਰਡ ਦੇ ਅਧਿਕਾਰੀ ਨਾਲ ਗੱਲ ਕੀਤੀ ਸੀ, ਜਿਹੜਾ ਆਹ ਨੰਬਰ ਹੈ ਜੀ, ਹੈਲਪਲਾਈਨ ਨੰਬਰ ਹੈ ਜਿਹੜਾ 01072 ਵਾਲਾ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਜਿਹੜਾ ਤੁਹਾਡਾ ਰਿਜ਼ਲਟ ਹੈ ਅਗਲੇ ਹਫ਼ਤੇ ਆਊਗਾ। ਉਹਨਾਂ ਨੇ ਮੈਨੂੰ ਕਿਹਾ ਕਿ ਸੋਮਵਾਰ ਜਾਂ ਮੰਗਲਵਾਰ ਤੱਕ ਤੁਹਾਡਾ ਰਿਜ਼ਲਟ, ਜਿੰਨੇ ਵੀਰ ਦਾ ਮਤਲਬ ਰਿਜ਼ਲਟ ਨਾਟ ਫਾਊਂਡ ਲਿਖਿਆ ਰਿਹਾ ਵਾ, ਉਹਨਾਂ ਦਾ ਰਿਜ਼ਲਟ ਅਗਲੇ ਹਫ਼ਤੇ ਸੋਮਵਾਰ ਜਾਂ ਮੰਗਲਵਾਰ ਤੱਕ ਆ ਜਾਣਾ ਵਾ। ਤੇ ਇਸੇ ਸੰਬੰਧੀ ਮੈਂ ਮਤਲਬ ਮੈਂ ਉਹਨਾਂ ਨੂੰ ਗੱਲ ਕੀਤੀ ਸੀ ਉਹਨਾਂ ਨਾਲ, ਤੇ ਮੈਂ ਤੁਹਾਨੂੰ ਰਿਕਾਰਡਿੰਗ ਸੁਣਾ ਦਿੰਦਾ ਜੀ, ਤੇ ਮੈਂ ਤੁਹਾਨੂੰ ਦਿਖਾ ਦਿੰਦਾ। ਪਹਿਲਾਂ ਤਾਂ ਮੈਂ ਕਾਲ ਕੀਤਾ ਸੀਗਾ ਜੀ, ਆਹ ਦੇਖੋ 01072 ਵਾਲਾ ਜਿਹੜਾ ਨੰਬਰ ਆ, 12 ਮਿੰਟ ਪਹਿਲਾਂ ਕੀਤਾ ਸੀਗਾ ਤੇ 16 ਸੈਕਿੰਡ ਉਹਨਾਂ ਦੇ ਨਾਲ ਮੇਰੀ ਗੱਲ ਹੋਈ। ਤੇ ਆਪਾਂ ਚੱਲਦੇ ਹਾਂ ਹੁਣ ਰਿਕਾਰਡਿੰਗ ਵਾਲੇ ਸੈਕਸ਼ਨ ਤੇ, ਤੇ ਮੈਂ ਤੁਹਾਨੂੰ ਰਿਕਾਰਡਿੰਗ ਸੁਣਾ ਦੇਣਾ ਜੀ। ਹਾਂਜੀ, ਆਹ ਦੇਖੋ ਰਿਕਾਰਡ ਕਾਲਸ 01072 ਵਾਲਾ ਜਿਹੜਾ ਨੰਬਰ ਆ, ਦੇਖੋ ਜੀ ਲਿਖਿਆ ਹੋਇਆ 16 ਸੈਕਿੰਡ ਗੱਲ ਹੋਈ ਆ 31 ਤਰੀਕ ਯਾਨੀ ਕਿ ਅੱਜ ਦਾ। ਤੇ ਆਪਾਂ ਅਗਲੀ ਰਿਕਾਰਡਿੰਗ ਇਹ ਸੁਣਦੇ ਹਾਂ। ਹਾਂਜੀ, ਜਿਵੇਂ ਕਿ ਤੁਸੀਂ ਸੁਣਿਆ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਅਗਲੇ ਹਫ਼ਤੇ ਤੱਕ ਆਊਗਾ ਰਿਜ਼ਲਟ ਤੁਹਾਡਾ, ਤੇ ਮੰਗਲਵਾਰ ਜਾਂ ਸੋਮਵਾਰ ਤੱਕ ਮਤਲਬ ਤੁਹਾਡਾ ਰਿਜ਼ਲਟ ਆ ਜਾਊਗਾ। ਤੇ ਜਿਹੜੇ ਵੀਰੇ ਆਹ ਜਿਹੜੀ ਰਿਕਾਰਡਿੰਗ ਆ ਇਹ ਮੈਂ ਡਿਸਕ੍ਰਿਪਸ਼ਨ 'ਚ ਪਾ ਦੇਣਾ, ਤੁਸੀਂ ਉੱਥੋਂ ਵੀ ਆਹ ਕਲੀਅਰ ਕਲੀਅਰ ਸੁਣ ਸਕਦੇ ਹੋ ਤੇ ਮਤਲਬ ਕੀ ਗੱਲ ਹੋਈ ਸੀ ਸਾਡੇ ਦੋਨਾਂ ਵਿੱਚ, ਤੇ ਤੁਸੀਂ ਉਹਨੂੰ ਕਲੀਅਰ ਕਲੀਅਰ ਸੁਣ ਲਿਓ। ਮੈਂ ਇਹਨੂੰ ਡਿਸਕ੍ਰਿਪਸ਼ਨ 'ਚ ਪਾ ਦੂੰਗਾ, ਤੁਸੀਂ ਉੱਥੋਂ ਮਤਲਬ ਡਾਊਨਲੋਡ ਕਰ ਲਿਓ ਜਾਂ ਸਿੱਧਾ ਔਨਲਾਈਨ ਵੀ ਸੁਣ ਸਕਦੇ ਹੋ। ਤੇ ਵੀਰੇ ਜਿਹਨਾਂ ਜਿਹੜੇ ਵੀਰ ਪਾਸ ਹੋ ਗਏ ਨੇ, ਜਿਨ੍ਹਾਂ ਦੇ ਰਿਵੈਲਿਊਸ਼ਨ ਦੇ ਵਿੱਚ ਨੰਬਰ ਵੱਧ ਗਏ ਨੇ, ਉਹਨਾਂ ਨੂੰ ਕੰਗ੍ਰੈਚੁਲੇਸ਼ਨ ਮੇਰੇ ਵੱਲੋਂ। ਤੇ ਵੀਰੇ ਹੋਰ ਜਿਹੜਾ ਮਤਲਬ ਜਿਵੇਂ ਕਿ ਤੁਹਾਨੂੰ ਪਤਾ ਵਾ ਕਿ ਕਈ ਵੀਰਾਂ ਦਾ ਮਤਲਬ ਆਇਆ ਨਹੀਂ ਹੈਗਾ ਜੇ ਰਿਜ਼ਲਟ, ਤੇ ਵੀਰੇ ਮੈਂ ਤਾਂ ਤੁਹਾਨੂੰ ਕਹੂੰਗਾ ਕਿ ਤੁਸੀਂ ਆਪਣਾ ਕੰਪਾਰਟਮੈਂਟ ਦਾ ਪੇਪਰ ਤਿਆਰ ਰੱਖੋ, ਕਿਉਂਕਿ ਜੇਕਰ ਤੁਹਾਡਾ ਰਿਵੈਲਿਊਸ਼ਨ 'ਚ ਨੰਬਰ ਨਹੀਂ ਵਧੇ ਤਾਂ ਤੁਸੀਂ ਆਪਣਾ ਜਿਹੜੇ ਕੰਪਾਰਟਮੈਂਟ ਵਾਲਾ ਪੇਪਰ ਆ ਤੁਸੀਂ ਉਹ ਦੇ ਦਿਓ, ਕਿਉਂਕਿ ਤੁਹਾਡੇ ਕੋਲ ਇਹ ਵੀ ਚਾਂਸ ਹੈਗਾ ਕਿ ਕੰਪਾਰਟਮੈਂਟ ਦਾ ਪੇਪਰ ਦੇ ਕੇ ਤੁਹਾਡਾ ਮਤਲਬ ਇੱਕ ਨਵਾਂ ਰਿਜ਼ਲਟ ਆਊਗਾ। ਤੇ ਤੁਸੀਂ ਜਦ ਤੱਕ ਵੇਟ ਕਰੋ, ਅਗਲੇ ਹਫ਼ਤੇ ਤੱਕ ਤੁਹਾਡਾ ਜਿਹੜਾ ਰਿਵੈਲਿਊਸ਼ਨ ਦਾ ਰਿਜ਼ਲਟ ਹੈ ਉਹ ਵੀ ਆ ਜਾਊਗਾ, ਤੇ ਤੁਸੀਂ ਕੰਪਾਰਟਮੈਂਟ ਦਾ ਪੇਪਰ ਵੀ ਦੇ ਦਿਓ ਨਾਲ ਨਾਲ। ਅਗਰ ਤੁਹਾਡਾ ਜਿਹੜਾ ਰਿਵੈਲਿਊਸ਼ਨ ਵਾਲਾ ਰਿਜ਼ਲਟ ਹੈ ਉਹ ਆ ਗਿਆ ਤਾਂ ਤੁਹਾਡਾ ਮਤਲਬ ਇਹੀ ਰਿਜ਼ਲਟ ਰਹੇਗਾ। ਤੇ ਬਸ ਜੀ, ਮੈਂ ਤੁਹਾਨੂੰ ਆਹੀ ਦੱਸਣਾ ਸੀਗਾ ਜੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ, ਕਮੈਂਟ, ਸ਼ੇਅਰ। ਜੇਕਰ ਮੇਰਾ ਚੈਨਲ ਤੁਹਾਨੂੰ ਲੱਗਦਾ ਵਧੀਆ ਤਾਂ ਇਹਨੂੰ ਕਰ ਦਿਓ ਸਬਸਕ੍ਰਾਈਬ। ਧੰਨਵਾਦ।